ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜਿਵੇਂ ਕਿ ਤੁਸੀਂ ਸਾਰੇ ਮੈਨੂੰ ਜਾਣਦੇ ਹੀ ਹੋ। ਅੱਛਾ ਉਹ ਬੇਬੇ ਤੂੰ ਵਿੱਚ ਜ਼ਰੂਰੀ ਆਣਾ ਹੁੰਦਾ ਵੀਡੀਓ ਦੇ ਵਿੱਚ। ਕਰ ਲੋ ਗੱਲ ਬਿਸ਼ਰਮ ਦੀ ਡੁੱਲ ਗਈ ਦਾਲ ਆਖੇ ਅਸੀਂ ਡੋਲ ਡੋਲ ਖਾਣੇ ਆ। ਇੱਕ ਤਾਂ ਪਤਾ ਨਹੀਂ ਬੇਬੇ ਤੂੰ ਸਵੇਰੇ ਸਵੇਰੇ ਕੀ ਭਿੰਡਾ ਖਾ ਲੈਣੀ, ਬੋਲਦੀ ਰਹਿੰਦੀ ਬਹੁਤ ਜ਼ਿਆਦਾ। ਆ ਟੋਕਾ ਮੇਰੇ ਹੱਥ 'ਚ ਚਾਰ ਪਾ ਦੂੰ ਤੇਰਾ। ਮੈਂ ਨਹੀਂ ਬਣਾਣੀ ਵੀਡੀਓ, ਮੈਂ ਚੱਲਾ ਯਾਰ। ਪੈਕ ਅਪ A few moments later ਕੋਣ ਆ ਗਿਆ ਯਾਰ? ਉਹ ਖੜ ਜਾ ਭਾਈ, ਆ ਗਿਆ ਖੜ ਜਾ। ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਮਨ ਚੀਮਾ, ਵਰਲਡ ਵਾਈਡ ਫੇਮਸ। ਉਹ ਮੈਂ ਜਗਦੀਪ, ਵਰਲਡ ਵਾਈਡ ਫੇਮਸ। ਇਦਾਂ ਦਾ ਮਜ਼ਾਕ ਨਾ ਕੀਤਾ ਜਾਵੇ ਜੀ। ਮਜ਼ਾਕ ਯਾਰ ਸਾਰਿਆਂ ਨੂੰ ਮਜ਼ਾਕ ਹੀ ਲੱਗੀ ਜਾਂਦਾ ਯਾਰ। ਕਲਾਕਾਰ ਬੰਦੇ ਦੀ ਕੋਈ ਇੱਜ਼ਤ ਹੀ ਨਹੀਂ। ਵੇ ਕੌਣ ਆ ਭਾਈ? ਆ ਬੇਬੇ ਇੱਕ ਮਿੰਟ ਦੱਸਦਾ ਤੈਨੂੰ। ਹਾਂ ਬਾਈ ਕੀ ਨਾਮ ਦੱਸਿਆ ਜੀ ਆਪਣਾ? ਮੈਂ ਵਰਲਡ ਵਾਈਡ ਤਾਂ ਠੀਕ ਹੈ ਯਾਰ, ਤੇਰਾ ਕੋਈ ਨਾਮ ਹੀ ਹੋਊਗਾ। ਆਖਾਂ ਰਣਾ ਕਮਾਰ ਹੁਣੇ ਤੂੰ ਦੱਸ ਕੇ ਹਟਿਆ, ਤੇਰਾ ਨਾਮ ਹਰਮਨ ਚੀਮਾ। ਕੋਈ ਕਹਿੰਦਾ ਅੱਤਵਾਦੀ ਯਾਰ ਬਾਈ, ਇੱਕ ਤਾਂ ਮੈਨੂੰ ਤੇਰੀ ਸਮਝ ਨਹੀਂ ਆਉਂਦੀ। ਕਦੇ ਤੂੰ ਹਰਮਨ ਚੀਮਾ ਕਹਿਣ ਲੱਗ ਜਾਂਦਾ, ਕਦੇ ਤੂੰ ਅੱਤਵਾਦੀ ਦੱਸਣ ਲੱਗ ਜਾਂਦਾ। ਉਹ ਕੋਈ ਤੇਰਾ ਨਾਮ ਤੇ ਹੋਊਗਾ। ਦੱਸ ਪਹਿਚਾਣ ਪੁੱਛ ਕੇ ਕੀ ਕਰਨਾ, ਦੱਸ ਪਹਿਚਾਣ ਪੁੱਛ ਕੇ ਕੀ ਕਰਨਾ। ਬਾਈ ਲੱਗਦਾ ਤੂੰ ਗਵਾਚਾ ਫਿਰਦਾ, ਆਪਣੀ ਕੋਈ ਪਹਿਚਾਣ ਵਗੈਰਾ ਲੱਭ। ਕੋਈ ਬਾਈ ਦਵੇ ਤੂੰ ਕੰਮ ਕੀ ਕਰਦਾ ਬਾਈ? ਮੈਂ ਇੱਕ ਪਿੰਡੂ ਜਲ ਖਾਰੀ ਪਰ ਥੋੜੀ ਬਹੁਤੀ ਕਲਾਕਾਰ। ਓ ਮੈਂ ਵੀ ਵੀਰੇ ਬਹੁਤ ਵੱਡਾ ਕਲਾਕਾਰ ਆ ਮੈਂ। ਇਦਾਂ ਦਾ ਮਜ਼ਾਕ ਨਾ ਕੀਤਾ ਜਾਵੇ ਜੀ ਯਾਰ। ਇੱਕ ਤਾਂ ਕਲਾਕਾਰ ਬੰਦੇ ਦੀ ਕੋਈ ਇੱਜ਼ਤ ਹੀ ਨਹੀਂ ਯਾਰ, ਮਜ਼ਾਕ ਹੀ ਕਰਦੇ ਰਹਿੰਦੇ ਤੁਸੀਂ ਸਾਰੇ। ਓਏ ਉਹ ਟਾਈਮ ਸੀਗਾ ਯਾਰ ਵੇ ਤੇਰਾ। ਅੱਛਾ ਮੇਰੀ ਗੱਲ ਮਜ਼ਾਕ ਲੱਗਦੀ ਹੈ? ਮੈਂ ਵੀ ਦੱਸਦਾ, ਮੈਂ ਕਹਿੰਦਾ ਅੱਤਵਾਦੀ ਆ ਵੀ ਅੱਤਵਾਦੀ। ਮੈਂ ਇੱਕ ਜ਼ਮੀਨ ਤੇ ਰੋਣ ਵਾਲਾ ਬੰਦਾ। ਨਾ ਬੋਲ ਹੁਣ, ਬੋਲ ਆ ਗਿਆ ਨਾ ਲਾਈਨ ਤੇ। ਤੁਸੀਂ ਬਹੁਤ ਸਾਰੇ ਜਣੇ ਬਹੁਤ ਜ਼ਿਆਦਾ ਪਿਆਰ ਕਰਦੇ ਹੋ, ਮੈਂ ਵੀ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦਾ। ਸੋ ਚੱਲ ਛੱਡ ਬਾਈ। ਬਾਕੀ ਤੂੰ ਯਾਰ ਇਹ ਦੱਸ ਤੂੰ ਰਹਿਣਾ ਕਿੱਥੇ, ਤੂੰ ਆਇਆ ਕਿੱਥੋਂ ਆ? ਆਸਟ੍ਰੇਲੀਆ, ਕੈਨੇਡਾ, ਨਿਊਯਾਰਕ, ਮੈਲਬੌਰਨ, ਟੋਰਾਂਟੋ, ਥਾਈਲੈਂਡ, ਅੰਟਾਰੀਓ, ਬ੍ਰੰਪਟਨ, ਯੂਨਾਈਟਿਡ ਕਿੰਗਡਮ, ਲੰਡਨ, ਹਿੱਲ ਗਿਆ ਯਾਰ, ਨਾਈਜੀਰੀਆ, ਸਾਊਥ ਕੋਰੀਆ, ਜ਼ਿੰਬਾਬਵੇ, ਕੈਨੇਡਾ, ਨਿਊਯਾਰਕ, ਮੈਲਬੌਰਨ, ਟੋਰਾਂਟੋ। ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ? ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਸ਼ੇਅਰ ਕਰੋ, ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਕੀਤੇ ਬਿਨਾਂ ਨਾ ਜਾਇਓ, ਤਾਂ ਕਿ ਆਉਣ ਵਾਲੇ ਟਾਈਮ 'ਚ ਮੈਂ ਜੋ ਵੀ ਵੀਡੀਓ ਅਪਲੋਡ ਕਰਾਂ ਤੁਹਾਡੇ ਤੱਕ ਡਾਇਰੈਕਟ ਪਹੁੰਚ ਸਕਣ। ਥੈਂਕ ਯੂ ਵੈਰੀ ਮੱਚ ਵੀਡੀਓ ਨੂੰ ਐਂਡ ਤੱਕ ਦੇਖਣ ਲਈ, ਤੇ ਪਲੀਜ਼ ਸ਼ੇਅਰ ਜ਼ਰੂਰ ਕਰੋ ਤੇ ਲਾਈਕ ਜ਼ਰੂਰ।